ਅੱਜ ਇਹਨਾਂ ਨੇ ਇੱਕ ਨਵੀਂ ਗੱਲ ਕਰਤੀ ਹੈ ਕਿ ਸਿੱਧੂ ਸਾਹਿਬ ਜਿਹੜੇ ਕੈਬਨਿਟ ਮੰਤਰੀ ਹੈ, ਅਸਲ ਉੱਥੇ ਜੋ ਕਮੈਂਟਰੀ ਕਰਦਾ ਰਹਿੰਦਾ ਉਹਨੂੰ ਇਹ ਚੇਤੇ ਰਹਿ ਗਿਆ ਉਹਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਉੱਥੇ ਹਾਊਸ ਵਿੱਚ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਉੱਥੇ ਨੋਟਿਸ ਲੈਣ, ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਉੱਥੇ ਕਰਨੀ ਚਾਹੀਦੀ ਹੈ। ਸਾਨੂੰ ਬਾਦਲ ਸਾਹਿਬ ਦੇ ਨਾਂ ਤੇ ਸਾਡੇ ਨਾਂ ਸਾਰਿਆਂ ਦੇ ਦਿੱਤੀਆਂ ਨੇ। ਵੇਖੋ ਉਹਦਾ ਸਪੀਕਰ ਆਨ ਰੱਖਿਆ, ਹੋਰ ਕਿਸੇ ਦਾ ਸਪੀਕਰ ਆਨ ਨਹੀਂ, ਇੱਕ ਸਿੱਧੂ ਦਾ ਸਪੀਕਰ ਜਿਹੜਾ ਉਹਨੂੰ ਆਨ ਰੱਖਿਆ, ਇਹ ਵੀ ਸਾਡੇ ਨਾਲ ਇਜਾਜ਼ਤ ਹੀ ਅਸੀਂ ਸਪੀਕਰ ਸਾਹਿਬ ਨੂੰ ਵੀ ਆਖਿਆ। ਆਹ ਜਿਹੜੀ ਪ੍ਰਤੀਕਿਰਿਆ ਜਿਹੜੀ ਆਹ ਜਿਹੜਾ ਅਸੀਂ ਕਾਮਰੋ ਤੋਂ ਮਤਾ ਬਹਿਸ ਵਾਸਤੇ ਮੰਗਿਆ ਉਹ ਉੱਠ ਕੇ ਖੜਾ ਹੋ ਗਿਆ। ਹਾਂਜੀ ਨਾਰਾਜ਼ ਹੋ ਗਿਆ ਵੀ ਕਿਤੇ ਹੁਣ ਇਹ ਪਰਦਾ ਪਾਸ਼ ਹੋਣਾ, ਇਹਨਾਂ ਦਾ ਕਾਂਗਰਸ ਵਾਲਿਆਂ ਦਾ ਪਰਦਾ ਪਾਸ਼ ਹੋਣਾ, ਇਸ ਤੇ ਨਾਰਾਜ਼ ਹੋ ਗਏ। ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਹਾਊਸ ਤਾਂ ਚੱਲਣ ਦੇਣਾ ਚਾਹੁੰਦੇ ਹਾਂ ਕਿ ਜੇ ਪਹਿਲਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ, ਉੱਤੇ ਵਿਚਾਰ ਕੀਤਾ ਜਾਵੇ ਤਾਂ ਫਿਰ ਹਾਊਸ ਚੱਲੇ। ਸਭ ਤੋਂ ਅਹਿਮ ਮਸਲਾ